ਲੱਗਾ ਕਿ ਸੂਰੀ ਨੇ ਬਕਵਾਸ ਕੀਤੀ ਸਿੱਖਾਂ ਦੇ ਖਿਲਾਫ ਕਿ ਸਿੱਖ ਕੌਮ 2% ਹੈ ਅਤੇ ਜਿੱਥੇ ਮਰਜ਼ੀ ਲੱਭੇ ਕੁਚਲ ਦਿਓ ਮਾਰ ਦਿਓ। ਸੂਰੀ ਸਾਲਿਆ ਕੁੱਤਿਆ, ਤੂੰ ਸੂਰੀ ਨਹੀਂ, ਤੂੰ ਸੂਅਰ ਦੀ ਔਲਾਦ ਹੈ, ਤੂੰ ਸੂਅਰ ਹੈ, ਤੇਰੀ ਐਡੀ ਜ਼ਰੂਰਤ ਹੋ ਹੀ ਨਹੀਂ ਸਕਦੀ। ਅਗਰ ਸਿੱਖ ਕੌਮ 2% ਕੀ 1% ਕੀ ਅੱਧਾ ਪਰਸੈਂਟ ਵੀ ਹੋਵੇ ਤੇ ਤੇਰੇ ਵਰਗੇ ਕੁੱਤੇ, ਤੇਰੇ ਵਰਗੇ ਹਜ਼ਾਰ ਕੁੱਤੇ ਵੀ ਰਲ ਜਾਣ ਤੇ ਸ਼ੇਰਾਂ ਦਾ ਸ਼ਿਕਾਰ ਨਹੀਂ ਕਰ ਸਕਦੇ। ਇਹ ਤੇਰੀ ਭੁੱਲ ਹੈ ਸੂਰੀ, ਇਹ ਤੇਰੀ ਭੁੱਲ ਹੈ। ਦੁਬਾਰਾ ਇਸ ਤਰ੍ਹਾਂ ਦੀ ਬਕਵਾਸ ਨਾ ਕਰੀ, ਨਹੀਂ ਤੇ ਤੇਰੀ ਲਾਸ਼ ਦਾ ਉਹ ਹਾਲ ਹੋਏਗਾ ਕਿ ਕੁੱਤੇ ਵੀ ਨਹੀਂ ਖਾਣਗੇ ਤੇਰੀ ਲਾਸ਼ ਨੂੰ। ਔਰ ਖਬਰਦਾਰ, ਦੁਬਾਰਾ ਸਿੱਖਾਂ ਦੇ ਖਿਲਾਫ ਨਾ ਗੱਲ ਕਰੀ। ਖਾਲਿਸਤਾਨ ਜ਼ਿੰਦਾਬਾਦ।